ਸਰ ਉੱਥੇ ਰਸ਼ ਹੋਣ ਕਰਕੇ ਥੋੜਾ ਜਿਹਾ ਰੌਲਾ ਪੈ ਗਿਆ। ਉੱਥੇ ਸਰ ਮੈਨੂੰ ਜੈਂਟਸ ਸੀਗੇ ਉਹ ਲਾਈਨ ਚੋਂ ਨਿਕਲ ਕੇ MLA ਸਾਹਿਬ ਨਾਲ ਫੋਟੋ ਕਰਾਉਣ ਲੱਗ ਗਏ ਜਦੋਂ ਵੋਟਾਂ ਹੋਈਆਂ। ਮੈਂ ਉੱਥੇ ਉਹ ਸਾਰੇ ਬੋਲਣ ਲੱਗ ਗਏ, ਕਹਿੰਦੇ ਮੈਡਮ ਨੇ ਲਾਈਨ ਚੋਂ ਬਾਹਰ ਹੋ ਗਿਆ, ਅਸੀਂ ਲਾਈਨ 'ਚ ਨਹੀਂ ਲੱਗਣ ਦੇਣਾ। ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਜਿਵੇਂ ਠੀਕ ਲੱਗੇ। ਬਾਅਦ 'ਚ ਉਹ ਬੰਦੇ ਨੇ ਮੈਨੂੰ ਇੰਨੀਆਂ ਗਾਲਾਂ ਕੱਢੀਆਂ, ਇੰਨੀ ਬਦਤਮੀਜ਼ੀ ਨਾਲ ਬੋਲਿਆ ਵੀ ਕੁੱਤੀ ਤੋਂ ਮੈਨੂੰ ਉਹਨੇ ਗੱਲ ਨਹੀਂ ਕੀਤੀ, ਅਤੇ ਮੇਰੀ ਬੇਟੀ ਨੂੰ ਵੀ ਗਾਲਾਂ ਕੱਢੀ ਹੋ ਰਹੀ ਪਾਰਟੀ ਤੋਂ, ਆਮ ਆਦਮੀ ਦਾ। ਤੇ ਤੁਸੀਂ ਇਸ ਗੱਲ ਨੂੰ ਲੈ ਕੇ ਕਿਸੇ ਅਧਿਕਾਰੀ ਆ ਉਹਦੇ ਨਾਲ ਗੱਲ ਨਹੀਂ ਕੀਤੀ? ਮੈਂ ਕੀਤੇ ਫੋਨ ਸਾਰਿਆਂ ਨੂੰ, ਮੈਂ ਕਿਹਾ ਸਾਰੇ ਵੀ ਮੈਨੂੰ ਕੁਛ ਹੋ ਰਿਹਾ, ਮੈਨੂੰ ਘਬਰਾਹਟ ਹੋ ਰਹੀ ਹੈ, ਮੈਨੂੰ ਪਲੀਜ਼ ਜਲਦੀ ਬੂਥ ਤੇ ਆ ਜਾਓ। ਕੋਈ ਕਿਸੇ ਨੇ ਗੱਲ ਸੁਣੀ ਤੁਹਾਡੀ? ਹਾਂਜੀ, ਰਵਿੰਦਰ ਸਰ ਆ ਗਏ ਸੀ, ਉਹਨਾਂ ਨੇ ਐਂਬੂਲੈਂਸ ਮੰਗਾ ਕੇ ਮੈਨੂੰ ਇੱਥੇ ਭੇਜ ਦਿੱਤਾ। ਕੀ ਮੰਗੀ ਹੈ ਹੋਣੀ, ਕੀ ਚਾਹੁੰਦੇ ਹੋ? ਸਰ ਮੈਨੂੰ ਇੰਨਾ ਟਾਈਮ ਹੋ ਗਿਆ ਡਿਊਟੀ ਕਰਦੀ ਨੂੰ, ਮੈਂ ਅੱਜ ਤੱਕ ਕਦੇ ਕਿਸੇ ਨੂੰ ਰਫ ਲੈਂਗੁਏਜ ਨਹੀਂ ਬੋਲੀ, ਪਰ ਜਦੋਂ ਮੈਂ ਵੋਟਾਂ ਦੇਣ ਗਈ ਸੀਗੀ ਉਦੋਂ ਵੀ ਮੈਨੂੰ ਜਿਹੜੇ ਗਿਆਨੀ ਜੈਲ ਸਿੰਘ ਮਾਰਕੀਟ 'ਚ ਲੋਕ ਰਹਿੰਦੇ ਮੈਨੂੰ ਇੰਨੀ ਰਫ ਲੈਂਗੁਏਜ ਬੋਲਦੇ ਆ, ਕਹਿਣਗੇ ਮੈਡਮ ਰਾਤ ਨੂੰ ਆ ਜਾਓ, ਡਰਿੰਕ ਕਰ ਲਓ, ਇੱਦਾਂ ਦੀ ਲੈਂਗੁਏਜ ਮੇਰੇ ਪ੍ਰਤੀ ਵਰਤੀ ਜਾਂਦੀ ਹੈ। ਤੁਹਾਡੀ ਐਜ਼ ਅ ਬੀਐਲਓ ਡਿਊਟੀ? ਹਾਂਜੀ ਹਾਂਜੀ, ਮੈਂ ਘਰ ਘਰ ਸਭ ਨੂੰ ਵੋਟਾਂ ਪਹੁੰਚਾਈ ਹੈ, ਹੁਣ ਸਾਰੇ ਕਹਿ ਰਹੇ ਵੀ ਸਾਨੂੰ ਵੋਟਾਂ ਨਹੀਂ ਦਿੱਤੀਆਂ ਮੈਡਮ ਨੇ। ਦੇਖੋ ਅਸਲ ਦੇ ਵਿੱਚ ਕੀ ਆ, ਮੈਂ ਮੇਰਾ ਬੂਥ ਆ ਉਹ, ਔਰ ਮੈਂ ਬੂਥ ਉੱਥੋਂ ਵੋਟ ਪਾ ਕੇ ਨਿਕਲਿਆ ਅਤੇ ਉਦੋਂ ਤੱਕ ਕੋਈ ਗੱਲਬਾਤ ਨਹੀਂ ਸੀ। ਮਗਰੋਂ ਕੀ ਹੋਇਆ, BLO ਨੇ ਸ਼ਰਾਰਤ ਕੀਤੀ ਹੈ ਜਾਂ ਕਿਸੇ ਨੇ ਕੀ ਕੀਤਾ, ਪੁਲਿਸ ਦੀ ਜਾਂਚ 'ਚ ਆਊਗਾ। ਕਿਉਂਕਿ ਸੁਣ 'ਚ ਇਹ ਵੀ ਆਇਆ ਵੀ ਉਹਨਾਂ ਨੇ ਵੀ ਕੁਛ ਉੱਥੇ ਜਿਹੜੀ ਹੈ ਉਹ ਵੋਟਰਾਂ ਦੇ ਨਾਲ ਮਿਸਬਿਹੇਵ ਕੀਤਾ, ਤਾਂ ਉੱਥੇ SDM ਸਾਹਿਬ ਗਏ ਸੀ। ਪਰ ਮੈਨੂੰ ਇੰਨਾ ਕੁ ਪਤਾ ਵੀ ਜਦੋਂ ਮੈਂ ਉੱਥੇ ਗਿਆ ਉਦੋਂ ਕੰਮ ਸਮੂਥ ਚੱਲ ਰਿਹਾ ਸੀ, ਕੋਈ ਪ੍ਰੋਬਲਮ ਨਹੀਂ ਸੀ। ਪਰ ਅਸੀਂ ਚਾਹੁੰਦੇ ਹਾਂ ਕਿ ਪੀਸਫੁਲ ਵੋਟਾਂ ਹੋਣ ਅਤੇ ਉਹਦੀ ਜਿਹੜੀ ਜਾਂਚ ਉਹ ਸਹੀ ਕਰਾਵਾਂਗੇ। ਗਲਤ ਕੋਈ ਵੀ ਆ, ਜਿਹੜਾ ਗਲਤ ਹੋਊਗਾ ਉਹਨੂੰ ਜੋ ਬਣਦੀ ਕਾਨੂੰਨ ਅਨੁਸਾਰ ਸਜ਼ਾ ਮਿਲੂਗੀ। ਤਾਂ ਜੇਕਰ ਅਧਿਕਾਰੀ ਕੋਈ ਗਲਤ ਕਰਦਾ, ਮਿਸਬਿਹੇਵ ਕਰਦਾ ਵੋਟਰ ਦੇ ਨਾਲ, ਅੱਜ ਤਾਂ ਅਸੀਂ ਇਹ ਵੋਟਾਂ ਜਿਹੜੀਆਂ ਅਸੀਂ ਪਾਉਣ ਵਾਸਤੇ ਕੁਰਬਾਨੀਆਂ ਦੇ ਕੇ ਸਾਨੂੰ ਜਿਹੜੀਆਂ ਹੈਗੀਆਂ ਫਾਂਸੀਆਂ ਦੇ ਰੱਸਿਆਂ 'ਤੇ ਚੜ੍ਹ ਕੇ ਜਿਹੜਾ ਹੈਗਾ ਕਾਲੇ ਪਾਣੀਆਂ ਦੀਆਂ ਸਜ਼ਾ ਭੁਗਤ ਭੁਗਤ ਕੇ ਸਾਨੂੰ 200 ਸਾਲ ਲੜਾਈ ਲੜ ਕੇ ਫਿਰ ਸਾਨੂੰ ਦੇਸ਼ ਆਜ਼ਾਦ ਸਾਡਾ ਹੋਇਆ, ਤਾਂ ਉਹ ਸਾਨੂੰ ਅਧਿਕਾਰ ਮਿਲਿਆ। ਜੇਕਰ ਕਿਸੇ ਅਧਿਕਾਰੀ ਨੇ ਵੀ ਕਿਸੇ ਨਾਲ ਜਿਹੜੀ ਉਹ ਗਲਤੀ ਕੀਤੀ ਆ, ਮਿਸਬਿਹੇਵ ਕੀਤਾ, ਤਾਂ ਉਹਨੂੰ ਵੀ ਸਜ਼ਾ ਮਿਲੂਗੀ, ਬਰਾਬਰ ਦੀ 'ਤੇ ਰੱਖਾਂਗੇ, ਜਾਂਚ ਕਰਾਂਗੇ। ਦੇਖੋ ਮੈਂ ਉੱਥੇ ਹੈ ਨਹੀਂ ਸੀਗਾ, ਅੱਜ ਕੱਲ੍ਹ ਹਰ ਬੰਦੇ ਕੋਲ ਕੈਮਰਾ, ਅੱਜ ਕੱਲ੍ਹ ਤਾਂ ਹਰ ਇੱਕ ਬੰਦਾ ਪੱਤਰਕਾਰ ਹੈ, ਜੇ ਕੋਈ ਇਹੋ ਜਿਹੀ ਗੱਲ ਹੋਈ ਤਾਂ ਵੀਡੀਓ ਬਣੀ ਹੋਊਗੀ। ਤਾਂ ਮੈਂ ਜਿੰਨਾ ਕੁ ਮੈਨੂੰ ਪਤਾ ਵੀ ਉੱਥੇ ਕੋਈ ਗੱਲਬਾਤ ਨਹੀਂ ਹੋਈ, ਸਿਰਫ ਤੇ ਸਿਰਫ ਕਈ ਬੰਦੇ ਹੈਗੇ ਆ ਮਾਹੌਲ ਖਰਾਬ ਕਰਨਾ ਚਾਹੁੰਦੇ ਆ। ਜਾਂਚ ਕਰਾਵਾਂਗੇ ਉੱਥੇ ਆਸੇ ਪਾਸੇ ਪਤਾ ਕਰਾਂਗੇ, ਜਿਹੜੇ ਵੋਟ ਲੈਣ 'ਚ ਲੱਗੇ ਸੀ ਵੋਟਰ ਉਹਨਾਂ ਨੂੰ ਵੀ ਪੁੱਛਾਂਗੇ ਵੀ ਕਿਹਨੇ ਕੀ ਗੱਲ ਕਹੀ ਹੈ। ਸਰ ਉੱਥੇ ਰਸ਼ ਹੋਣ ਕਰਕੇ ਥੋੜਾ ਜਿਹਾ ਰੌਲਾ ਪੈ ਗਿਆ, ਉੱਥੇ ਸਰ ਮੈਨੂੰ ਜੈਂਟਸ ਸੀਗੇ ਉਹ ਲਾਈਨ ਚੋਂ ਨਿਕਲ ਕੇ MLA ਸਾਹਿਬ ਨਾਲ ਫੋਟੋ ਕਰਾਉਣ ਲੱਗ ਗਏ ਜਦੋਂ ਵੋਟਾਂ ਹੋਈਆਂ। ਮੈਂ ਉੱਥੇ ਉਹ ਸਾਰੇ ਬੋਲਣ ਲੱਗ ਗਏ, ਕਹਿੰਦੇ ਮੈਡਮ ਨੇ ਲਾਈਨ ਚੋਂ ਬਾਹਰ ਹੋ ਗਿਆ, ਅਸੀਂ ਲਾਈਨ 'ਚ ਨਹੀਂ ਲੱਗਣ ਦੇਣਾ। ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਜਿਵੇਂ ਠੀਕ ਲੱਗੇ। ਬਾਅਦ 'ਚ ਉਹ ਬੰਦੇ ਨੇ ਮੈਨੂੰ ਇੰਨੀਆਂ ਗਾਲਾਂ ਕੱਢੀਆਂ, ਇੰਨੀ ਬਦਤਮੀਜ਼ੀ ਨਾਲ ਬੋਲਿਆ ਵੀ ਕੁੱਤੀ ਤੋਂ ਮੈਨੂੰ ਉਹਨੇ ਗੱਲ ਨਹੀਂ ਕੀਤੀ, ਅਤੇ ਮੇਰੀ ਬੇਟੀ ਨੂੰ ਵੀ ਗਾਲਾਂ ਕੱਢੀ ਹੋ ਰਹੀ ਪਾਰਟੀ ਤੋਂ, ਆਮ ਆਦਮੀ ਦਾ। ਤੇ ਤੁਸੀਂ ਇਸ ਗੱਲ ਨੂੰ ਲੈ ਕੇ ਕਿਸੇ ਅਧਿਕਾਰੀ ਆ ਉਹਦੇ ਨਾਲ ਗੱਲ ਨਹੀਂ ਕੀਤੀ? ਮੈਂ ਕੀਤੇ ਫੋਨ ਸਾਰਿਆਂ ਨੂੰ, ਮੈਂ ਕਿਹਾ ਸਾਰੇ ਵੀ ਮੈਨੂੰ ਕੁਛ ਹੋ ਰਿਹਾ, ਮੈਨੂੰ ਘਬਰਾਹਟ ਹੋ ਰਹੀ ਹੈ, ਮੈਨੂੰ ਪਲੀਜ਼ ਜਲਦੀ ਬੂਥ ਤੇ ਆ ਜਾਓ। ਕੋਈ ਕਿਸੇ ਨੇ ਗੱਲ ਸੁਣੀ ਤੁਹਾਡੀ? ਹਾਂਜੀ, ਰਵਿੰਦਰ ਸਰ ਆ ਗਏ ਸੀ, ਉਹਨਾਂ ਨੇ ਐਂਬੂਲੈਂਸ ਮੰਗਾ ਕੇ ਮੈਨੂੰ ਇੱਥੇ ਭੇਜ ਦਿੱਤਾ। ਕੀ ਮੰਗੀ ਹੈ ਹੋਣੀ, ਕੀ ਚਾਹੁੰਦੇ ਹੋ? ਸਰ ਮੈਨੂੰ ਇੰਨਾ ਟਾਈਮ ਹੋ ਗਿਆ ਡਿਊਟੀ ਕਰਦੀ ਨੂੰ, ਮੈਂ ਅੱਜ ਤੱਕ ਕਦੇ ਕਿਸੇ ਨੂੰ ਰਫ ਲੈਂਗੁਏਜ ਨਹੀਂ ਬੋਲੀ, ਪਰ ਜਦੋਂ ਮੈਂ ਵੋਟਾਂ ਦੇਣ ਗਈ ਸੀਗੀ ਉਦੋਂ ਵੀ ਮੈਨੂੰ ਜਿਹੜੇ ਗਿਆਨੀ ਜੈਲ ਸਿੰਘ ਮਾਰਕੀਟ 'ਚ ਲੋਕ ਰਹਿੰਦੇ ਮੈਨੂੰ ਇੰਨੀ ਰਫ ਲੈਂਗੁਏਜ ਬੋਲਦੇ ਆ, ਕਹਿਣਗੇ ਮੈਡਮ ਰਾਤ ਨੂੰ ਆ ਜਾਓ, ਡਰਿੰਕ ਕਰ ਲਓ, ਇੱਦਾਂ ਦੀ ਲੈਂਗੁਏਜ ਮੇਰੇ ਪ੍ਰਤੀ ਵਰਤੀ ਜਾਂਦੀ ਹੈ। ਤੁਹਾਡੀ ਐਜ਼ ਅ ਬੀਐਲਓ ਡਿਊਟੀ? ਹਾਂਜੀ ਹਾਂਜੀ, ਮੈਂ ਘਰ ਘਰ ਸਭ ਨੂੰ ਵੋਟਾਂ ਪਹੁੰਚਾਈ ਹੈ, ਹੁਣ ਸਾਰੇ ਕਹਿ ਰਹੇ ਵੀ ਸਾਨੂੰ ਵੋਟਾਂ ਨਹੀਂ ਦਿੱਤੀਆਂ ਮੈਡਮ ਨੇ।
ਉੱਥੋਂ ਅਸਲ ਦੇ ਵਿੱਚ ਕੀ ਆ, ਮੈਂ ਮੇਰਾ ਬੂਥ ਆ ਉਹ, ਔਰ ਮੈਂ ਬੂਥ ਉੱਥੋਂ ਵੋਟ ਪਾ ਕੇ ਨਿਕਲਿਆ ਅਤੇ ਉਦੋਂ ਤੱਕ ਕੋਈ ਗੱਲਬਾਤ ਨਹੀਂ ਸੀ। ਮਗਰੋਂ ਕੀ ਹੋਇਆ, ਬੀ ਐੱਲ ਓ ਨੇ ਸ਼ਰਾਰਤ ਕੀਤੀ ਹੈ ਜਾਂ ਕਿਸੇ ਨੇ ਕੀ ਕੀਤਾ, ਪੁਲਿਸ ਦੀ ਜਾਂਚ 'ਚ ਆਊਗਾ। ਕਿਉਂਕਿ ਸੁਣ 'ਚ ਇਹ ਵੀ ਆਇਆ ਵੀ ਉਹਨਾਂ ਨੇ ਵੀ ਕੁਛ ਉੱਥੇ ਜਿਹੜੀ ਹੈ ਉਹ ਵੋਟਰਾਂ ਦੇ ਨਾਲ ਮਿਸਬਿਹੇਵ ਕੀਤਾ, ਤਾਂ ਉੱਥੇ ਐੱਸ ਡੀ ਐੱਮ ਸਾਹਿਬ ਗਏ ਸੀ। ਪਰ ਮੈਨੂੰ ਇੰਨਾ ਕੁ ਪਤਾ ਵੀ ਜਦੋਂ ਮੈਂ ਉੱਥੇ ਗਿਆ ਉਦੋਂ ਕੰਮ ਸਮੂਥ ਚੱਲ ਰਿਹਾ ਸੀ, ਕੋਈ ਪ੍ਰੋਬਲਮ ਨਹੀਂ ਸੀ। ਪਰ ਅਸੀਂ ਚਾਹੁੰਦੇ ਹਾਂ ਕਿ ਪੀਸਫੁਲ ਵੋਟਾਂ ਹੋਣ ਅਤੇ ਉਹਦੀ ਜਿਹੜੀ ਜਾਂਚ ਉਹ ਸਹੀ ਕਰਾਵਾਂਗੇ। ਗਲਤ ਕੋਈ ਵੀ ਆ, ਜਿਹੜਾ ਗਲਤ ਹੋਊਗਾ ਉਹਨੂੰ ਜੋ ਬਣਦੀ ਕਾਨੂੰਨ ਅਨੁਸਾਰ ਸਜ਼ਾ ਮਿਲੂਗੀ। ਤਾਂ ਜੇਕਰ ਅਧਿਕਾਰੀ ਕੋਈ ਗਲਤ ਕਰਦਾ, ਮਿਸਬਿਹੇਵ ਕਰਦਾ ਵੋਟਰ ਦੇ ਨਾਲ, ਅੱਜ ਤਾਂ ਅਸੀਂ ਇਹ ਵੋਟਾਂ ਜਿਹੜੀਆਂ ਅਸੀਂ ਪਾਉਣ ਵਾਸਤੇ ਕੁਰਬਾਨੀਆਂ ਦੇ ਕੇ ਸਾਨੂੰ ਜਿਹੜੀਆਂ ਹੈਗੀਆਂ ਫਾਂਸੀਆਂ ਦੇ ਰੱਸਿਆਂ 'ਤੇ ਚੜ੍ਹ ਕੇ ਜਿਹੜਾ ਹੈਗਾ ਕਾਲੇ ਪਾਣੀਆਂ ਦੀਆਂ ਸਜ਼ਾ ਭੁਗਤ ਭੁਗਤ ਕੇ ਸਾਨੂੰ 200 ਸਾਲ ਲੜਾਈ ਲੜ ਕੇ ਫਿਰ ਸਾਨੂੰ ਦੇਸ਼ ਆਜ਼ਾਦ ਸਾਡਾ ਹੋਇਆ, ਤਾਂ ਉਹ ਸਾਨੂੰ ਅਧਿਕਾਰ ਮਿਲਿਆ। ਜੇਕਰ ਕਿਸੇ ਅਧਿਕਾਰੀ ਨੇ ਵੀ ਕਿਸੇ ਨਾਲ ਜਿਹੜੀ ਉਹ ਗਲਤੀ ਕੀਤੀ ਆ, ਮਿਸਬਿਹੇਵ ਕੀਤਾ, ਤਾਂ ਉਹਨੂੰ ਵੀ ਸਜ਼ਾ ਮਿਲੂਗੀ। ਬਰਾਬਰ ਦੀ 'ਤੇ ਰੱਖਾਂਗੇ, ਜਾਂਚ ਕਰਾਂਗੇ। ਦੇਖੋ ਮੈਂ ਉੱਥੇ ਹੈ ਨਹੀਂ ਸੀਗਾ, ਅੱਜ ਕੱਲ੍ਹ ਹਰ ਬੰਦੇ ਕੋਲ ਕੈਮਰਾ, ਅੱਜ ਕੱਲ੍ਹ ਤਾਂ ਹਰ ਇੱਕ ਬੰਦਾ ਪੱਤਰਕਾਰ ਹੈ, ਜੇ ਕੋਈ ਇਹੋ ਜਿਹੀ ਗੱਲ ਹੋਈ ਤਾਂ ਵੀਡੀਓ ਬਣੀ ਹੋਊਗੀ। ਤਾਂ ਮੈਂ ਜਿੰਨਾ ਕੁ ਮੈਨੂੰ ਪਤਾ ਵੀ ਉੱਥੇ ਕੋਈ ਗੱਲਬਾਤ ਨਹੀਂ ਹੋਈ, ਸਿਰਫ ਤੇ ਸਿਰਫ ਕਈ ਬੰਦੇ ਹੈਗੇ ਆ ਮਾਹੌਲ ਖਰਾਬ ਕਰਨਾ ਚਾਹੁੰਦੇ ਆ। ਜਾਂਚ ਕਰਾਵਾਂਗੇ, ਉੱਥੇ ਆਸੇ ਪਾਸੇ ਪਤਾ ਕਰਾਂਗੇ, ਜਿਹੜੇ ਵੋਟ ਲੈਣ 'ਚ ਲੱਗੇ ਸੀ ਵੋਟਰ ਉਹਨਾਂ ਨੂੰ ਵੀ ਪੁੱਛਾਂਗੇ ਵੀ ਕਿਹਨੇ ਕੀ ਗੱਲ ਕਹੀ ਹੈ।